جی نا والسلام علیکم اختر نعیم کندارا ہند کو بڑی طرفوں میں بول رہے ہیں جناب اس وقت میرے کول بڑی عام شخصیت ہیں جن نال میں گلا باتاں کرسا جن نال تسی سن سو یقینا توں بڑا مزہ آسی اور اے بڑا مشہور ایندا گیت گائدا ہے توں سنے بھی ہو سی نیم نعیم ہزارہ دی آواز وچ چلو کوئی گل نہیں چلو کوئی گل نہیں چلو کوئی گل ਔਰ ਇਸ ਗਾਣੇ ਦੇ ਖਾਲਕ ਜਨਾਬ ਸ਼ਬੀਰ ਕਾਸਰ ਸਾਹਿਬ ਅਸ ਕੋਲ ਮੌਜੂਦ ਨੇ ਸੁਕਤ ਅਸੀਂ ਇਹਨਾਂ ਨਾਲ ਕੋਈ ਗੱਲਾਂ ਬਾਤਾਂ ਕਰਦੇ ਆ ਸ਼ਬੀਰ ਸਾਹਿਬ ਕੋ ਤੁਸੀਂ ਆਪਣੇ ਬਾਰੇ ਵਿੱਚ ਦੱਸੋ ਕਿ ਕਦੋਂ ਤੁਸੀਂ ਇਹ ਗੀਤ ਲਿਖਿਆ ਇਸ ਤੋਂ ਪਹਿਲੇ ਤੁਸੀਂ ਸੁਣ ਕਿਹੜਾ ਕਿਹੜਾ ਗੀਤ ਲਿਖੇ ਔਰ ਕਿੰਨੇ ਕਿੰਨੇ ਗੁਲਕਾਰਾ ਸੰਤੁਸ਼ਟ ਤੇ ਲਿਖੇ ਦੇ ਗੀਤ ਤੁਸੀਂ ਗਾਏ ਜੀ ਅਸਲਾਮ ਅਲੈਕਮ ਜੀ ਇਹ ਸਾਰਿਆਂ ਤੋਂ ਪਹਿਲੇ ਤੇ ਸ਼ੁਕਰੀਆ ਜੀ ਤੁਸੀਂ ਸੁਣ ਇਸ ਪ੍ਰੋਗਰਾਮ ਵਿੱਚ ਬੁਲਾਇਆ ਤੇ ਇਸ ਗੀਤ ਤਕਰੀਬਨ 3-4 ਸਾਲ ਪਹਿਲੇ ਤੋਂ ਲਿਖੇਦੇ ਗੀਤ ਹੈ ਤੇ ਹਜ਼ਾਰੇ ਦੇ ਜਿੰਨੇ ਅਸਾਂ ਦੇ ਗੁਲਕਾਰ ਹਨ ਫੋਕ ਗਾਣੇ ਵਾਲੇ ਲੋਕ ਉਹਨਾਂ ਤਕਰੀਬਨ ਸਾਰਿਆਂ ਹੀ ਗਾਏ ਇਹ ਗੀਤ ਅਸਾਂ ਦੇ ਜੜੇ ਸਰਾਈਕੀ ਗੁਲਕਾਰ ਹਨ ਉਹਨਾਂ ਸਣ ਵੀ ਗਾਇਆ ਜਿਸ ਵਿੱਚ ਸ਼ਫੌਲਾ ਖਾਨ ਰੋਖੜੀ ਉਹ ਵੀ ਫੌਤ ਹੋ ਗਏ ਹਨ ਅੱਲਾ ਉਹਨਾਂ ਨੂੰ ਜੰਨਤ ਵਿੱਚ ਜਗ੍ਹਾ ਦੇਵੇ ਉਸ ਤੋਂ ਇਲਾਵਾ ਅਬਦੁਸਸਤਾਰ ਜ਼ਖਮੀ ਉਹ ਵੀ ਫੌਤ ਹੋ ਗਏ ਹਨ ਉਹਨਾਂ ਸਣ ਵੀ ਗਾਇਆ ਹੈ ਮਕਸਦ ਇਸ ਗੀਤਾਂ ਤਕਰੀਬਨ ਹਰ ਗੁਲਕਾਰ ਸਣ ਗਾਇਆ ਜੀ ਔਰ ਪੂਰੇ ਪਾਕਿਸਤਾਨ ਵਿੱਚ ਸੁਣਿਆਗੇ ਔਰ ਮਸ਼ਹੂਰ ਹੋਇਆ ਜੀ ਤੇ ਤੁਸੀਂ ਸੁਣ ਸੁਣਿਆ ਤੁਸੀਂ ਦਾ ਪਿਆਰ ਹੈ ਮੁਹੱਬਤ ਹੈ ਕਿ ਤੁਸੀਂ ਦਾ ਪਿਆਰ ਮੁਹੱਬਤ ਨਾਲ ਦੇਖ ਕੇ ਹੀ ਚੀਜ਼ ਲਿਖੀ ਜੁਲਦੀ ਹੈ ਤੇ ਉਸ ਦੇ ਮੁਤਾਬਕ ਹੀ ਅਸੀਂ ਜਿੰਨੇ ਨਵੇਂ ਲੋਕ ਹੋਨੇ ਆ ਹਜ਼ਾਰੇ ਦੇ ਕਿੰਨੇ ਲੋਕਾਂ ਸੁਣਦਾ ਹੈ ਔਰ ਹਜ਼ਾਰੇ ਦੇ ਆਸਾਂ ਦੇ ਜਿਹੜੇ ਗੁਲੂਕਾਰ ਹਨ ਉਹਨਾਂ ਸੁਣ ਵੀ ਗਾਇਨ ਜੀ ਕਾਫੀ ਗੀਤ ਜਿਸ ਵਿੱਚ ਸ਼ਕੀਲ ਆਵਾਨ ਹੈ ਯਾਸਰ ਕਸ਼ਮੀਰੀ ਹੈ ਅਕਸਾਰ ਅਬਾਸੀ ਹੈ ਨਈ ਮਜ਼ਾਰਵੀ ਹੈ ਅੱਛਾ ਔਰ ਵੀ ਕੁਝ 2-4 ਲੋਕ ਹੋਰ ਵੀ ਆ ਜਿਹੜੇ ਮਸ਼ਹੂਰ ਹਨ ਬਾਕੀ ਜਿਹੜਾ ਸਾਡੇ ਤਰਲੇ ਪੈਮਾਨੇ ਤੇ ਗਾਣੇ ਵਾਲੇ ਲੋਕ ਹਨ ਜਿਸ ਤਰ੍ਹਾਂ ਡਿਸਟ੍ਰਿਕਟ ਲੈਵਲ ਤੇ ਉਹਨਾਂ ਲੋਕਾਂ ਵੀ ਗਾਇਆ ਜੀ ਕਾਫੀ ਸਾਰੰਗਰ ਪਹਿਲੇ ਜਿਹੜਾ ਮੈਂ ਕਲਾਮ ਲਿਖਿਆ ਹੈ ਔਰ ਜਿਹੜਾ ਸਾਰੰਗਰ ਪਹਿਲੇ ਇੱਕ ਚੀਜ਼ ਮੰਜ਼ਰੀਆਮ ਤੇ ਆਈਏ ਉਹ ਮਾਸਟਰ ਹੁਸੈਨ ਬਖਸ਼ ਕੋਸਰ ਸਾਹਿਬ ਅੱਲਾ ਨਾਲ ਜਨਤ ਪੈ ਜਗਾ ਦੇਵੇ ਅਸਾਂ ਵੀ ਨਹੀਂ ਰਹੇ ਉਹਨਾਂ ਸੁਣ ਗਾਇਆ ਤੇ ਉਸ ਤੋਂ ਬਾਅਦ ਫਿਰ ਇਹ سلسلہ ਆਸਤਾ ਆਸਤਾ ਚੱਲਦਾ ਰਿਹਾ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਮਕਸਦ ਜ਼ਹਿਨ ਬਚਾਉਂਦਾ ਗਿਆ ਜੀ ਜੇ ਅਸ਼ਰਫ ਹਜ਼ਾਰਾ ਸਾਹਿਬ ਸੁਣੀ ਤੁਸ ਤੱਕ ਲਿਖਿਆ ਕੋਈ ਗੀਤ ਗਾਇਆ ਜੀ ਅਸ਼ਰਫ ਹਜ਼ਾਰਾ ਸੁਣ ਅਸ਼ਰਫ ਹਜ਼ਾਰਵੀ ਸਾਹਿਬ ਜਿਹੜੇ ਜੀ ਉਹ ਉਹਨਾਂ ਦਾ ਜ਼ਿਆਦਾ ਜਿਹੜਾ ਟ੍ਰੈਂਡ ਆ ਮਕਸਦ ਇੱਕ ਉਹਨਾਂ ਦਾ ਜਿਹੜਾ ਇੱਕ ਅੰਦਾਜ਼ ਆ ਉਹ ਸਿਰਫ ਮਾਈਏ ਉਹ ਮਾਈਏ ਗਾਉਂਦੇ ਹੁੰਦੇ ਤੁਸੀਂ ਮਾਈਏ ਵੀ ਜ਼ਿਆਦਾ ਲਿਖੇ ਜੀ ਮਾਈਏ ਜ਼ਿਆਦਾ ਲਿਖੇ ਜੀ ਗੀਤ ਕਾਮਨ ਲਿਖੇ ਮਾਈਏ ਬਹੁਤ ਜ਼ਿਆਦਾ ਲਿਖੇ ਨੇ ਤੇ ਮਾਸ਼ਾਅੱਲਾ ਉਹਨਾਂ ਸੁਣ ਵੀ ਗਾਇਆ ਜੀ ਮੇਰਾ ਅੱਛਾ ਤਾਰਫ ਆ ਉਹ ਵੀ ਨਹੀਂ ਰਿਹਾ ਸਮਝ ਅੱਲਾਹ ਨੂੰ ਕਿ ਜਨਤ ਤੇ ਜਗ੍ਹਾ ਦੇਵੇ ਸਬੀਸਾ ਸਬੀਸਾ ਸੋ ਕੋ ਇਹ ਦਸੋ ਤੁਸੀਂ ਕਿ ਇਹ ਤੁਸਨ ਚਲੋ ਕੋਈ ਗਲ ਨਹੀਂ ਚਲੋ ਕੋਈ ਗਲਤੀ ਵਿੱਚ ਉਹ ਖਾਸ ਇੱਕ ਫਿਕਰ ਜੁਲਦੇ ਇਹ ਜੰਗ ਦੀ ਬੰਗ ਵਾਲਾ ਇਹ ਸੋ ਖਿਆਲ ਕਿਸ ਤਰ੍ਹਾਂ ਆ ਗਿਆ ਜੀ ਤੂੰ ਕਮਲੀ ਝੰਗ ਦੀ ਵੰਗ ਮੰਗਦੀ ਤੈਨੂੰ ਝੰਗ ਦਾ ਝੰਗ ਮੰਗਵਾ ਦੇ ਸਾ ਅਤਰ ਇਹ ਜੰਗ ਮਸ਼ਹੂਰ ਹੈ ਕਿਉਂਕਿ ਮਕਸਦ ਹੈ ਇਵੰਗਾ ਦੇ حوالے ਨਾਲ ਜੀ ਜੀ ਇਸ حوالے ਨਾਲ ਥੋੜਾ ਜਾਇ ਮਸ਼ਹੂਰ ਵੀ ਹੈ ਤੇ ਬੜੀ ਅਸਾਂ ਦੀ ਸ਼ਾਇਰੀ ਦੇ حوالے ਨਾਲ ਗਲੂਕਾਰੀ ਦੇ حوالے ਨਾਲ ਬੜੀ ਜ਼ਰਖੇ ਜ਼ਮੀਨ ਹੈ ਜੰਗ ਦੀ ਅਸਾਂ ਦੇ ਬਹੁਤ ਸਾਰੇ ਗਲੂਕਾਰ ਅੱਜ ਵੀ ਜੰਗ ਤੋਂ ਹਨ ਜਿਸ ਵਿੱਚ ਬੜੇ ਪੁਰਾਣੇ ਨਾਮ ਤਾਲਬ हुसैन ਤਰਦ ਸਾਹਿਬ ਅੱਛਾ ਉਹਨਾਂ ਦੇ ਬੇਟੇ ਉਹਨਾਂ ਅੱਜਕੱਲ ਜ਼ੈਗਮਬਾਸ ਤਰਦ ਇਹ ਜੰਗ ਦੇ ਰਣੇ ਲੈਣ ਇਸ ਤਰ੍ਹਾਂ ਹੋਰ ਵੀ ਕਾਫੀ ਜੇਨ ਤੇ ਇਹ ਜੰਗ ਜਿਹੜਾ ਹੈ ਨਾ ਜੀ ਅਸਾਂ ਦੇ ਇਸ ਸ਼ਹਿਰੀ ਦੇ ਹਵਾਲੇ ਨਾਲ ਵੀ ਬੜਾ ਮਸ਼ਹੂਰ ਇੱਕ ਸ਼ਹਿਰ ਹੈ ਤੇ ਉਹ ਵੰਗ ਤੇ ਜੰਗ ਇਹ ਦੋ ਚੀਜ਼ਾਂ ਫਿਰ ਸਾਹਮਣੇ ਆ ਗਈਆਂ ਇਸ ਹਵਾਲੇ ਨਾਲ ਜੀ ਮੜੀ ਬੜੀ 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 ਮਿਹਰਬਾਨੀ ਸ਼ਬੀਰ ਸਾਹਿਬ ਤੁਸਾਂ ਨਾਲ ਹੋਰ ਗੱਲਾਂ ਵੀ ਹੋ ਸੈਂ ਅਗਲੇ ਸੈਸਟਾ ਟਰੋਜ਼ਾ ਰਹੀ ਸੀ ਤੇ ਤੁਸਾਂ ਅਸਾਂ ਕੋ ਟਾਈਮ ਦਿੱਤਾ ਤੁਸਾਂ ਦੀ ਬੜੀ ਮਿਹਰਬਾਨੀ ਤੁਸਾਂ ਦਾ ਮੁੱਚ ਮੁੱਚ ਸ਼ੁਕਰੀਆ ਮੜੇ ਨਾਲ ਸਖਤ ਮੌਜੂਦ ਹਨ ਜਿਦਾ ਵੀ ਪਸੇ ਕੈਮਰੇ ਦੇ ਪਿੱਛੇ ਜਨਾਬ ਸ਼ਵੇਤ ਅਲੀ ਸਾਹਿਬ ਮੈਂ ਸਾਹਮਣੇ ਆ ਕੈਮਰੇ ਤੇ ਹੋ ਪਿੱਛੇ ਹਨ ਤੇ ਦੇਖੋ ਮਤਲਬ ਇੱਕ ਇਸ ਫੈਕਟਰੀ ਤੋਂ ਚੱਲਦਾ ਰਹੀ ਸੀ ਤੇ ਉਸ ਨੂੰ ਉਮੀਦ ਹੈ ਕਿ ਤੁਸੀਂ ਆਇਂਦੇ ਵੇਸੋ ਕੋ ਵਕਤ ਦੇਸੋ ਤੁਹਾਡੀ ਬੜੀ ਮਿਹਰਬਾਨੀ ਜਨਾਬ